ਊਠਾਂ ਵਾਲੇ ਜਿਹੜੇ ਪੁੰਨੂ ਨੂੰ ਲੈ ਕੇ ਆਏ ਸੀਗੇ, ਹੁਣ ਸੋਚਦੇ ਆ ਵੀ ਯਾਰ ਪੁੰਨੂ ਤਾਂ ਇੱਥੇ ਆ ਕੇ ਰਸ ਵਿੱਚ ਗਿਆ, ਜੇ ਅਸੀਂ ਖਾਲੀ ਕੇਸ਼ਮ ਨੂੰ ਚਲੇ ਗਿਆ, ਪੁੰਨੂ ਦੇ ਬਾਪ ਨੇ ਪੁੱਛਣਾ ਮੇਰੇ ਪੁੱਤਰ ਨੂੰ ਕਿੱਥੇ ਛੱਡਿਆ ਹੈ, ਜੇ ਕਮਲਿਓ ਇੱਥੇ ਰਹਿੰਦਾ ਇਹ ਬਾਦਸ਼ਾਹ ਦੀ ਲੜਕੀ ਆ, ਬਾਦਸ਼ਾਹ ਨੇ ਖਬਰੇ ਸਾਡੇ ਨਾਲ ਕੀ ਕਰੇ। ਪੁੰਨੂ ਨੂੰ ਕਹਿਣ ਲੱਗਿਆ ਚੱਲ ਪੁੰਨੂ ਚੱਲੀਏ ਦੇਸ਼ ਨੂੰ, ਭਲਾ ਪੁੰਨੂ ਨੇ ਕਿੱਥੇ ਜਾਣਾ ਸੀਗਾ। ਅੱਗੇ ਉਹ ਪੁੰਨੂ ਬੋਲਿਆ ਕਿ ਉਹ ਕਰਦੇ ਜ਼ੋਰ ਟਕਾਣੇ, ਮੈਨੂੰ ਇਸ਼ਕ ਨੇ ਡੰਗ ਚਲਾ ਲਿਆ, ਸਿਰ ਵਰਤ ਕੇ ਰੱਬ ਦੇ ਪਾਣੇ, ਜਿਸ ਘਰ ਵੀ ਇਸ਼ਕ ਬਣ ਗਿਆ ਨਹੀਂ ਛੱਡਦਾ ਰਾਜੇ ਰਾਣੇ, ਇਹਦੀ ਹੱਦ ਕਿਸੇ ਨਾ ਦੇਖ ਲਈ, ਇਸ ਇਸ਼ਕ ਦੇ ਦੂਰ ਟਿਕਾਣੇ, ਮੇਰੇ ਕਹਿੰਦੇ ਹੋ ਮਾਈ ਬਾਪ ਨੂੰ ਕਿਤੇ ਰੋਣ ਨਾ ਦਰ ਦਰ ਜਾਣੇ, ਸਦੀਕ ਜੀਂਦਾ ਰਿਹਾ ਤੇ ਆ ਮੈਨੂੰ ਜੇ ਕਿਤੇ ਮੋੜੇ ਰੱਬ ਮੁਹਾਣੇ। ਭਾਈ ਤੁਸੀਂ ਚਲੇ ਜਾਓ, ਮੈਂ ਨਹੀਂ ਜਾਣਾ। ਊਠਾਂ ਵਾਲਿਆਂ ਨੇ ਕਿਹਾ ਯਾਰ ਹੁਣ ਕੀ ਕਰੀਏ, ਜੇ ਪੁੰਨੂ ਇੱਥੇ ਰਹਿ ਗਿਆ, ਪੁੰਨੂ ਦੇ ਬਾਪ ਨੇ ਸਾਨੂੰ ਪੁੱਛਣਾ ਕਿ ਮੇਰੇ ਪੁੱਤਰ ਨੂੰ ਕਿੱਥੇ ਛੱਡਿਆ, ਲਓ ਜੀ ਹੁਣ ਨਾਲ ਦੇ ਸਾਥੀ ਕੀ ਲੱਗੇ ਕਰਨ। ਸ਼ਾਮਾਂ ਵੇਲਾ ਹੋ ਗਿਆ, ਉੱਤੋਂ ਪੈ ਗਈ ਸ਼ਾਮ, ਊਠਾਂ ਵਾਲੇ ਨਾਲ ਦੇ ਇੱਕ ਦੂਜੇ ਨਾਲ ਕਰਨ ਕਲਾਮ। ਉਹ ਕਹਿੰਦੇ ਬਾਪ ਸੱਸੀ ਦਾ ਬਾਦਸ਼ਾਹ ਜਿਹਨੂੰ ਕਹਿੰਦੇ ਆਦਮ ਜਾਮ, ਕਮਲਿਓ ਜੋ ਪਤਾ ਉਸਨੂੰ ਲੱਗ ਗਿਆ ਕੋਈ ਲਾਦੂਗਾ, ਕੋਈ ਲਾਦੂਗਾ ਇਲਜ਼ਾਮ, ਇੱਥੋਂ ਐਸੀ ਹਿਕਮਤ ਖੇਡੀਏ ਕਰੀਏ ਕੂਚ ਮਕਾਮ। ਸ਼ਾਮ ਪੈਂਦੇ ਬੈਠ ਕੇ ਲੱਗੇ ਖਾਣ ਤਮਾਮ, ਲਿਆਏ ਦਾਰੂ ਦੀਆਂ ਬੋਤਲਾਂ ਪੱਲਿਓ ਖਰਚੇ ਦਾਮ, ਠੀਕ ਹੈ ਨਸ਼ਾ ਸ਼ਰਾਬ ਦਾ ਪੂਰਾ ਇੱਕ ਦਰਾਮ, ਆਸ਼ਕ ਤੇ ਮਾਸ਼ੂਕ ਨੂੰ ਵੀ ਭਰ ਭਰ ਦਿੰਦੇ ਜਾਮ। ਸੱਸੀ ਤੇ ਪੁੰਨੂ ਜਦੋਂ ਮਸਤ ਸ਼ਰਾਬੀ ਹੋ ਗਿਆ, ਭੁੱਲ ਗਿਆ ਹੋਸ਼ ਤਮਾਮ, ਅੱਧੀ ਰਾਤ ਪਹਿਰ ਦੇ ਤੜਕੇ, ਹੁਣ ਸਾਥੀ ਕੀ ਕਰਦੇ ਨੇ ਕੰਮ। ਪੁੰਨੂ ਚੱਕ ਕੇ ਕਟਾਵੇ ਵਿੱਚ ਪਾ ਲਿਆ, ਪੂਰਾ ਕਰਕੇ ਇੰਤਜ਼ਾਮ, ਲਓ ਜੀ ਸ਼ੁਤਰ ਬਾਗਾਂ ਚੋਂ ਛੇੜ ਲੈ, ਨੰਦੇ ਹੱਥੀ ਫੜ ਲਗਾਮ, ਸੱਸੀ ਦੇ ਸਰਾਣੇ ਪਰਚਾ ਲਿਖ ਕੇ ਸਿੱਟ ਗਏ, ਦੇ ਗਿਆ ਇਹ ਪੈਗਾਮ, ਸੱਸੀਏ ਜੀਂਦੇ ਰਹੇ ਤੇ ਮਿਲਾਂਗੇ ਤੇਰੀ ਸਾਡੀ ਦੁਆ ਸਲਾਮ। ਸੁੱਤੀ ਪੈਣੀ ਛੱਡ ਕੇ ਨਾਲ ਦੇ ਤੁਰ ਗਿਆ, ਹੁਣ ਸੱਸੀ ਉਸੇ ਤਰ੍ਹਾਂ ਸੁੱਤੀ ਪਈ ਆ, ਲਓ ਜੀ ਸੁਪਨਾ ਸੱਸੀ ਨੂੰ ਆਉਂਦਾ ਕੈਸਾ ਆਇਆ। ਸੱਸੀ ਨੂੰ ਸੁਪਨਾ ਆਇਆ ਦੀ ਰਾਤ ਪਹਿਰ ਦੇ ਵੇਲੇ, ਅਜ਼ਰਾਈਲ ਫਰਿਸ਼ਤਾ ਮਾਰਦਾ ਖੁਰਦਾ ਸੇਲੇ, ਤੇਰੇ ਮਹਿਲਾਂ 'ਚ ਧਾੜਾ ਪੈ ਗਿਆ, ਸੱਸੀਏ ਲਾਗੀ ਸੰਨ ਕਵੇਲੇ, ਨੀ ਊਠਾਂ ਵਾਲਿਆਂ ਡਾਕੂਆਂ ਤੇਰੇ ਲੁੱਟ ਲੈ ਮਹਿਲ ਸਵੇਲੇ, ਅੱਜ ਤੇਰਾ ਬਾਗ 9 ਲੱਖਾਂ ਉੱਜੜਿਆ, ਸਭ ਬੂਟੇ ਖਾ ਲੈ ਤੇਲੇ, ਵਿੱਚ ਸੁਪਨੇ ਦੇ ਸੱਸੀ ਪਾਲਦੀ ਫਿਰਦੀ ਜੰਗਲ ਵੇਲੇ, ਕੀ ਦੇਖਦੀ ਆ ਅੱਗੇ ਕਬਰਾਂ 'ਚ ਮੁਰਦੇ ਬੋਲਦੇ, ਪੰਨੀ ਫਿਰਨ 'ਚ ਮੇਲੇ ਅੱਗ ਲੱਗੀ ਦੇਖੀ ਚੱਲ ਨੂੰ, ਜਿੱਥੇ ਬੁੱਕਦੇ ਸ਼ੇਰ ਬਗੇਲੇ, ਜੋੜਾ ਕਾਲੇ ਨਾਗ ਦਾ ਵਿੱਚ ਅਗਨੀ ਦੇ ਵੇਲੇ, ਵਿੱਚੋਂ ਨਾਗ ਨਿਕਲ ਕੇ ਭੱਜ ਗਿਆ, ਦੋ ਵਿਛੜ ਗਿਆ ਯਾਰ ਸਹੇਲੇ, ਉਸ ਅੱਗ ਦੇ ਵਿੱਚੋਂ ਨਾਗਣੀ ਪੁੱਛ ਕੇ ਬਾਂਗ ਕਰੇਲੇ, ਸੁੱਤੀ ਪਈ ਨੂੰ ਪਣਕ ਕੋਦਲੋਂ ਪੈਣ ਤਕੇਲੇ, ਉੱਠ ਮਾੜਿਆਂ ਭਾਗਾਂ ਵਾਲੀਏ, ਹੋ ਗਿਆ ਪਣਕ ਵਿਛਾਉਣੇ ਵੇਲੇ, ਵਿਛੜਿਆਂ ਤੋਂ ਯਾਰਾਂ ਦੇ ਹੁਣ ਕੌਣ ਕਰਾਵੇ ਵੇਲੇ। ਸੱਸੀ ਜਨਾਬ ਉੱਠ ਕੇ ਕੂਕਾਂ ਤੇ ਨਾਰੇ ਮਾਰਦੀ ਆ, ਤੇ ਸੱਸੀ ਦੀ ਮਾਂ ਆ ਕੇ ਪੁੱਛਣ ਲੱਗੀ, ਨੀ ਤੈਨੂੰ ਕੀ ਹੋਇਆ, ਮੀਡੀਆਂ ਪਟ ਪਟ ਸਿੱਟੀਆਂ, ਸਿਰ ਦੇ ਬਾਲ ਖੋਲੀ ਬੈਠੀਆਂ, ਮਾਂ ਸੱਸੀ ਦੀ ਬੋਲਦੀ ਕੋਰੋਨੀਆਂ ਬੇਤਹਾਸ਼ਾ, ਨਾਰੋ ਬੱਚੀਏ ਮੇਰੀ ਇਸ ਦਮ ਦਾ ਕੀ ਪਰਵਾਸਾ, ਤੈਨੂੰ ਕੀ ਚੋਰਾਂ ਨੇ ਲੁੱਟਿਆ, ਕੀ ਮਹਿਲਾਂ 'ਚ ਪੈ ਗਿਆ ਡਾਕਾ, ਤੈਨੂੰ ਜਾਂ ਕਿਸੇ ਨੇ ਮੰਦਾ ਬੋਲਿਆ, ਜਾਂ ਮੂਰਖ ਨੇ ਕੀਤਾ ਹਾਸਾ, ਤੂੰ ਪਟ ਪਟ ਸਿੱਟੀਆਂ ਮੀਡੀਆਂ, ਖੋ ਖੋ ਸਿੱਟਦੀ ਝਾਟਾ, ਬਾਪ ਤੇਰੇ ਦੀ ਬਾਦਸ਼ਾਹੀ, ਉਹਨੂੰ ਜਾਣਦਾ ਖੋਲਾ ਲਾਕਾ, ਮੈਨੂੰ ਖੋਲ ਕੇ ਗੱਲ ਦੱਸਦਾ ਤੈਨੂੰ ਕਿਹੜੀ ਚੀਜ਼ ਦਾ ਘਾਟਾ, ਬੱਚੀਏ ਤੂੰ ਕਿਉਂ ਰੋਣੀ ਆ। ਸੱਸੀ ਕਹਿੰਦੀ ਨੀ ਅੰਮਾ, ਊਠਾਂ ਵਾਲੇ ਲੱਦ ਗਏ, ਊਠਾਂ ਵਾਲੇ ਤੁਰ ਗਏ, ਹੁਣ ਜਨਾਬਿਆ ਨੀ, ਤੇ ਮਾਂ ਸੱਸੀ ਦੀ ਕਹਿੰਦੀ ਆ ਵੀ ਕਮਲੀਏ ਕੀ ਊਠਾਂ ਵਾਲੇ ਦੀ ਯਾਰੀ ਹੁੰਦੀ ਆ, ਕੀ ਦੱਸਦੀ ਆ ਕਮਲੀਏ ਕੀ ਊਠਾਂ ਵਾਲੇ ਤੋਂ ਲੈਣਾ, ਮਾਂ ਨੇ ਵੀ ਸੀਨੇ 'ਚ ਲਾਂਬੂ ਪਾ ਦਿੱਤੇ, ਤੇ ਸੱਸੀ ਕੀ ਕਹਿੰਦੀ ਆ, ਸੁੱਤੀ ਮੈਂ ਪਿਆਰ ਦੇ ਭੁਲੇਖੇ,
ਅਸਲ ਚ ਮੈਨੂੰ ਵੀ ਪਤਾ ਵੀ ਓਦਾਂ ਹੀ ਆ। ਹੁਣ ਕਈ ਬੰਦੇ ਬੈਠੇ ਜਿੱਦਾਂ ਜੱਟ ਨੇ ਬਾਹਮਣੂ ਤੇ ਮੌਲਵੀ ਨੂੰ ਭੁੱਖੇ ਮਾਰਿਆ ਸੀ, ਜੋ ਜਨਾਬ ਡੋਬ ਤਾਂ ਪੈਂਦੇ ਸੀਗੇ। ਹੁਣ ਵੀ ਅੱਲਾ ਕਰੇ ਤਾਂ ਲੰਗਰ ਤਾਂ ਖੁੱਲਣ ਵਾਲਾ, ਮੈਂ ਤੁਹਾਨੂੰ ਦੱਸ ਦਿੰਦਾ ਐਵੇਂ ਥੋੜਾ ਹੀ ਟਾਈਮ ਹੈ। ਉਹ ਇਹ ਗੱਲ ਹੋਈ ਸੀ ਕਈ ਬੰਦਿਆਂ ਇੱਧਰੋਂ ਮੈਨੂੰ ਪਿੱਛੋਂ ਕਿਹਾ, ਉਹ ਇਸ ਤਰ੍ਹਾਂ ਸੀਗਾ ਕਿ ਮੌਲਵੀ ਵਿਚਾਰਾ ਕਿਤੇ ਵਪਾਰ ਕਰਨ ਚੱਲਿਆ ਤੇ ਉਹਨੂੰ ਬਾਹਮਣ ਪੁੱਛਣ ਲੱਗਾ ਮੌਲਵੀ ਜੀ ਕਿੱਧਰ ਚੱਲਿਆ। ਉਹਨੇ ਹੁਣ ਦੱਸਿਆ ਵੀ ਯਾਰ ਮੈਂ ਤੇ ਵਪਾਰ ਕਰਨ ਚੱਲਾਂ, ਤੇ ਬਾਹਮਣ ਕਹਿਣ ਲੱਗਾ ਜੀ ਮੈਨੂੰ ਵੀ ਲੈ ਚੱਲੋ। ਮੌਲਵੀ ਦੇ ਦਿਲ ਵਿਚਾਰ ਵੀ ਖੱਤਰੀਆਂ ਦੀ ਕੌਮ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਸੌਦੇ ਕਰਨਗਾ। ਉਹਨੇ ਕਿਹਾ ਨਾਲੇ ਦੋ ਜਣੇ ਹੋ ਜਾਣਗੇ। ਹੁਣ ਇਕੱਠੇ ਹੋ ਕੇ ਤੁਰ ਪਏ ਪਿੰਡਾਂ 'ਚ ਜਾ ਵੜੇ, ਮੱਕੀ ਖਰੀਦਿਆ, ਚੌਲ ਖਰੀਦਿਆ ਤੇ ਜੱਟ ਵੀ ਇੱਕ ਰਲ ਗਿਆ। ਜੱਟ ਨੇ ਪੁੱਛਿਆ ਕਿ ਮੌਲਵੀ ਸਾਹਿਬ ਕਿੱਧਰ ਨੂੰ? ਉਹਨੇ ਕਿਹਾ ਯਾਰ ਅਸੀਂ ਤਾਂ ਵਪਾਰ ਕਰਨ ਚੱਲਿਆ। ਬਾਹਮਣ ਕਹਿੰਦਾ ਜੀ ਇਹਨੂੰ ਵੀ ਲੈ ਚੱਲੀਏ। ਉਹਨੇ ਕਿਹਾ ਜ਼ੋਰ ਵਾਲਾ ਬੰਦਾ ਧੱਖੜ ਆਦਮੀ ਆ, ਬੋਰੀ ਤਾਂ ਆਪਣੇ ਕੋਲੋਂ ਕਿਸੇ ਤੋਂ ਚੱਕ ਕੇ ਨਹੀਂ ਹੋਣੀ, ਸੌਦਾ ਕਰਿਆ ਕਰਾਂਗੇ, ਬੋਰੀਆਂ 'ਚ ਪਾ ਦਿਆ ਕਰੋ ਤੇ ਜੱਟ ਚੱਕੀ ਫਿਰਿਆ ਕਰੂਗਾ। ਇਹ ਤਿੰਨੇ ਜਣੇ ਪਿੰਡਾਂ 'ਚ ਜਾ ਵੜੇ, ਮੱਕੀ ਖਰੀਦਿਆ, ਚੌਲ ਖਰੀਦਿਆ, ਕਪਾਹ ਖਰੀਦਿਆ, ਇਵੇਂ ਕਰਦਿਆਂ ਕਰਦਿਆਂ ਨੂੰ ਇੱਕ ਪਿੰਡ ਦੇ ਵਿੱਚ ਉਹਨਾਂ ਨੂੰ ਰਾਤ ਪੈ ਗਈ। ਕਿਸੇ ਜ਼ਿਮੀਦਾਰ ਤੋਂ ਖਾਲੀ ਮਕਾਨ ਲਿਆ, ਉਹਨਾਂ ਨੇ ਰਾਤ ਕੱਟਣ ਦੀ ਖਾਤਰ ਇੱਕ ਦੂਜੇ ਨੂੰ ਪੁੱਛ ਲਿਆ ਵੀ ਖਾਣਾ ਕੀ ਆ। ਜੱਟ ਕਹਿੰਦਾ ਜੀ ਮੇਰਾ ਤਾਂ ਰੌਲਾ ਕੋਈ ਨਹੀਂ, ਜੋ ਤੁਸੀਂ ਪਕਾਉਣਾ ਮੈਂ ਤਾਂ ਉਹੀ ਕੁਛ ਖਾ ਲੈਣਾ। ਮੌਲਵੀ ਤੇ ਬਾਹਮਣ ਨੇ ਸਲਾਹ ਕਰ ਲਈ ਵੀ ਖੀਰ ਪਕਾ ਲੈਣੀ। ਕਿਸੇ ਜ਼ਿਮੀਦਾਰ ਤੋਂ 10-12 ਸਿਰ ਦੁੱਧ ਲੈ ਕੇ ਪਾ, ਡੇਢ ਭਰ ਚੌਲ ਪਾ ਕੇ ਖੋਏ ਵਾਲੀ ਖੀਰ ਲੱਗ ਗਿਆ ਪਕਾਉਣ। ਪਕਾਉਂਦਿਆਂ ਪਕਾਉਂਦਿਆਂ ਨੂੰ ਰਾਤ ਦੇ 11-12 ਦਾ ਟਾਈਮ ਹੋ ਗਿਆ। ਖੀਰ ਪੱਕਦੀ ਦੇ ਵਿੱਚੋਂ ਛਿੱਟਾ ਕੇ ਟੱਪਿਆ ਤੇ ਜੱਟ ਦੀ ਉਂਗਲ ਤੇ ਟੇਪਿਆ। ਜਦ ਉਹਨੇ ਜ਼ਬਾਨ ਨਾਲ ਲਾ ਕੇ ਦੇਖੀ ਤਾਂ ਖੀਰ ਬੜੀ ਸਵਾਦ। ਜੱਟ ਦੇ ਦਿਲ 'ਚ ਬੇਈਮਾਨੀ ਉਦੋਂ ਹੀ ਆ ਗਈ। ਉਹਨੇ ਕਿਹਾ ਖੀਰ ਮੇਰੇ ਜੋਗੀ ਆ, ਇਹਨਾਂ ਨੇ ਤੀਏ ਹਿੱਸੇ ਦੀ ਖੀਰ ਦੇਣੀ ਆ, ਕੋਈ ਦਾ ਮਾਰ ਗਏ ਇਹਨਾਂ ਨਾਲ। ਹੁਣ ਮੌਲਵੀ ਵਿਚਾਰੇ ਨੇ ਪਤੀਲਾ ਲਾ ਕੇ ਤਾਂ ਭਾਂਡਿਆਂ 'ਚ ਲੱਗਾ ਪਾਉਣ। ਜੱਟ ਕਹਿੰਦਾ ਜੀ ਠਹਿਰ ਜਾਓ। ਮੌਲਵੀ ਕਹਿੰਦਾ ਉੱਲੂ ਦੀਆਂ ਪੱਠੀਆਂ ਹਜੇ ਕੋ ਕਸਰ ਰਹਿੰਦੀ ਆ, ਅੱਧੀ ਤੇ ਰਾਤ ਚੱਲੀ, ਭੁੱਖ ਨੇ ਕਾਲਜੇ ਫੂਕੇ ਪਏ ਆ। ਜੱਟ ਕਹਿੰਦਾ ਜਨਾਬ ਜੇ ਭੁੱਖ ਨੇ ਕਾਲਜੇ ਫੂਕੇ ਪਏ ਤਾਂ ਖੀਰ ਵੀ ਅੱਗ ਵਰ ਗਈ ਆ, ਖੀਰ ਨੇ ਵੀ ਮੂੰਹ ਸਾੜ ਦੇਣਾ। ਬਾਹਮਣ ਕਹਿੰਦਾ ਯਾਰ ਤੇਰਾ ਮਤਲਬ ਕੀ ਆ? ਜੱਟ ਕਹਿੰਦਾ ਜੀ ਖੀਰ ਗਰਮ ਆ, ਖਾ ਹੀ ਨਹੀਂ ਹੋਣੀ, ਹੁਣ ਆਪਾਂ ਸੌਂ ਚੱਲਦੇ ਹਾਂ, ਸੁਬਾਹ ਉੱਠਾਂਗੇ, ਠੰਡੀ ਸੁਬਾਹ ਨੂੰ ਖੀਰ ਹੋਊਗੀ, ਖੀਰ ਖਾਵਾਂਗੇ, ਕੰਮਾਂ ਨੂੰ ਚੱਲ ਚੱਲਾਂਗੇ। ਬਾਹਮਣ ਕਹਿੰਦਾ ਮੌਲਵੀ ਜੀ ਗੱਲ ਇਹਦੀ ਠੀਕ ਆ। ਮੌਲਵੀ ਕਹਿੰਦਾ ਚੰਗਾ ਫਿਰ ਇੱਕ ਮੇਰੀ ਵੀ ਯਾਦ ਰੱਖੀ, ਜੇ ਕਿਸੇ ਨੂੰ ਖਾਬ ਸੁਪਨਾ ਚੰਗਾ ਆਇਆ ਤੇ ਦੱਸਣਾ, ਜੇ ਚੰਗਾ ਖਵਾਬ ਆਇਆ ਤੇ ਕੰਮ ਬੜਾ ਲੱਗੂ। ਜੱਟ ਨੇ ਤਾਂ ਖੀਰ ਖਾਣੀ ਸੀ, ਖੀਰ ਖਾਣ ਦਾ ਮਾਰਾ ਮਚਲਾ ਜਿਹਾ ਹੋ ਕੇ ਮੂੰਹ ਤੇ ਕੱਪੜਾ ਲੈ ਕੇ ਤਾਂ ਘਰਾੜੀ ਲੱਗ ਗਿਆ ਮਾਰ। ਬਾਹਮਣ ਕਹਿੰਦਾ ਜੀ ਆ ਤਾਂ ਹੁਣੇ ਸੌਂ ਗਿਆ। ਉਹ ਕਹਿੰਦਾ ਛੱਡ ਯਾਰ, ਜੱਟਾਂ ਲੋਕਾਂ ਦੀ ਨੀਂਦ ਐਸੀ ਹੁੰਦੀ ਆ, ਇਹ ਤਾਂ ਬਾਣਾ 'ਚ ਵੀ ਸੌਂ ਜਾਂਦੇ ਆ। ਤੇ ਜੱਟ ਵੀ ਅੱਖ ਚੜਾ ਕੇ ਦੇਖਦਾ ਸੀਗਾ ਵੀ ਮੂੰਹ ਦੇ ਤਾਂ ਹੋਵੋ ਇੱਕ ਵਾਰੀ। ਮੌਲਵੀ ਤੇ ਬਾਹਮਣ ਜਦੋਂ ਸੁੱਤੇ, ਜੱਟ ਨੇ ਚੱਕ ਲਿਆ ਪਤੀਲਾ, ਰੱਖ ਲਿਆ ਗੋਡਿਆਂ ਤੇ, ਚੱਪਿਆਂ ਨਾਲ ਹੀ ਖਾ ਗਿਆ। ਵਿਹਲਾ ਕਰਕੇ ਬਾਲਟੀਆਂ ਕੋ ਮਾਰ ਕੇ ਮੌਲਵੀ ਦੇ ਸਰਾਣੇ ਰੱਖ ਦਿੱਤਾ। ਲਓ ਜੀ ਸਵੇਰ ਦਾ ਟਾਈਮ ਹੋਇਆ, ਮੌਲਵੀ ਉੱਠਿਆ, ਬਾਹਮਣ ਨੂੰ ਬਿਠਾ ਲਿਆ। ਮੌਲਵੀ ਕਹਿੰਦਾ ਚਲੋ ਬਈ ਮੂੰਹ ਹੱਥ ਧੋ ਕੇ ਆਓ, ਆਪੋ ਆਪਣੇ ਸੁਪਨੇ ਖਾਬ ਦੱਸੋ, ਖੀਰ ਖਾਈਏ ਤੇ ਕੰਮਾਂ ਨੂੰ ਚੱਲੀਏ। ਲਓ ਜੀ ਖੁਆਬ ਲੱਗੇ ਦੱਸੋ। ਬਾਹਮਣ ਕਹਿੰਦਾ ਮੌਲਵੀ ਜੀ ਤੁਹਾਨੂੰ ਕੋਈ ਸੁਪਨਾ ਆਇਆ? ਮੌਲਵੀ ਕਹਿੰਦਾ ਵੀ ਬੜਾ ਹੀ ਚੰਗਾ ਖੁਆਬ ਆਇਆ, ਅੱਜ ਕੰਮ ਬੜਾ ਲੱਗਣਾ। ਕਿ ਕੈਸਾ? ਕਹਿੰਦਾ ਰਾਤ ਮੈਂ ਮਦੀਨੇ ਸ਼ਰੀਫ ਗਿਆ, ਹਜ਼ੂਰ ਦਾ ਦੀਦਾਰ ਹੋਇਆ, ਜਦ ਮੈਂ ਮੁਸਾਫਾ ਲੈਣ ਲੱਗਾ ਤਾਂ ਮੇਰੀ ਅੱਖ ਖੁੱਲ ਗਈ। ਬਾਹਮਣ ਕਹਿੰਦਾ ਜੀ ਫਿਰ ਸੁਪਨਾ ਮੈਨੂੰ ਵੀ ਚੰਗਾ। ਕਿ ਕੈਸਾ? ਕਹਿੰਦਾ ਰਾਤ ਮੈਂ ਗੰਗਾ ਦਰਿਆ ਤੇ ਚਲੇ ਗਿਆ। ਹਿੰਦੂ ਲੋਕ ਜਨਾਬ ਉਸ ਦਰਿਆ ਦੀ ਪੂਜਾ ਪਾਠ ਕਰਦੇ ਸੀ। ਕਹਿੰਦਾ ਮੈਂ ਗੰਗਾ ਦਰਿਆ ਤੇ ਚਲੇ ਗਿਆ, ਗੰਗਾ 'ਚ ਤਾੜੀਆਂ ਲਾਈਆਂ, ਗੰਗਾ ਦੇ ਇਸ਼ਨਾਨ ਕੀਤੇ, ਫਿਰ ਮੈਂ ਕਾਂਸ਼ੀ ਦੁਆਰਕਾ ਪਹੁੰਚ ਗਿਆ। ਮੌਲਵੀ ਸਾਹਿਬ ਜਦ ਮੈਂ ਮੱਥੇ ਨੂੰ ਤਿਲਕ ਲਾਉਣ ਲੱਗਾ ਤਾਂ ਮੇਰੀ ਅੱਖ ਖੁੱਲ ਗਈ। ਉਹ ਕਹਿੰਦਾ ਵੀ ਸੁਪਨਾ ਤੇਰਾ ਵੀ ਚੰਗਾ। ਹੁਣ ਜੱਟ ਮਸਲਾ ਜਿਹਾ ਹੋ ਕੇ ਬੈਠੇ। ਉਹ ਕਹਿੰਦੇ ਜੱਟਾ ਕੋ ਤੈਨੂੰ ਖਾਬ ਆਇਆ? ਜੱਟ ਕਹਿੰਦਾ ਖੁਦਾ ਦਾ ਹੀ ਵਾਸਤਾ, ਨਾ ਪੁੱਛੋ, ਹਜੇ ਤੱਕ ਖੌਫ ਆਈ ਜਾਂਦਾ ਰਾਤ ਦੇ ਖੁਆਬ। ਉਹਨੇ ਕਿਹਾ ਉਹ ਤੈਨੂੰ ਕਿਹਾ ਜੇ ਆਇਆ ਖੁਆਬ? ਕਹਿੰਦਾ ਮੌਲਵੀ ਜੀ ਬੜਾ ਡਰ ਲੱਗਦਾ। ਉਹ ਕਹਿੰਦੇ ਹੁਣ ਤਾਂ ਤੇਰੇ ਕੋਲ ਦੱਸ। ਕਹਿੰਦਾ ਮੌਲਵੀ ਜੀ ਤੁਸੀਂ ਜਦੋਂ ਸੌਂ ਗਏ, 8-9 ਜਣੀਆਂ ਭੂਤਾਂ ਮੇਰੇ ਦੁਆਲੇ ਹੋ ਗਈਆਂ, ਕੁੱਟਣ ਲੱਗੀਆਂ, ਕਹਿੰਦੀਆਂ ਜੱਟਾ ਖੀਰ ਖਾ। ਜੀ ਖੀਰ ਤਾਂ ਸਾਡੀ ਤਿੰਨਾਂ ਬੰਦਿਆਂ ਦੀ ਸਾਂਝੀ ਆ। ਮੌਲਵੀ ਜੀ ਕੁੱਟ ਕੁੱਟ ਕੇ ਖੀਰ ਖਿਲਾ ਕੇ ਗਈਆਂ, ਸੁਪਨੇ ਦੀਆਂ ਗੱਲਾਂ ਕਰਕੇ ਦੋਨਾਂ ਨੂੰ ਹੱਥਾਂ ਤੇ ਚਾਰਦਾ, ਕੈਸੇ ਜਵਾਬ ਕਰਕੇ ਦੱਸਦਾ?
ਛੋਟੇ ਘੰਟੇ ਦਾ ਨਦੀ ਕਿਨਾਰੇ ਇੱਕ ਬੋਲ ਜ਼ਬਾਨੋਂ ਬੋਲ ਕੇ ਸੂਰੀ ਤੇ ਲੈਣ ਹੁਲਾਰੇ ਇੱਕ
ਖਾਸ ਨਵਾਸੇ ਨਬੀ ਦੇ ਵਿੱਚ ਕਰਬਲ ਦੇ ਮਾਰੇ ਅੱਜ ਮੈਂ ਨਮਾਣੀ ਕਮਲੀ ਦੇ ਹੋ ਗਿਆ ਭਾਗ ਨਕਾਰੇ ਹੁਣ ਆਵਾਜ਼ਾਂ ਮਾਰਦੀ ਭੱਜੀ ਜਾਂਦੀ ਬਰ ਬਰ ਵਿੱਚ ਉਜਾੜੇ ਕਿੱਥੇ ਤੁਰ ਗਿਆ ਡਾਚੀ ਵਾਲਿਆ ਝੂਠੇ ਦੇ ਕੇ ਸੱਸੀ ਨੂੰ ਲਾਰੇ ਸੋਹਣਿਆ ਡਾਚੀ ਦੀ ਮੁਹਾਰ ਰੋਕ ਕੇ ਜ਼ਰਾ ਸੁਣ ਜਾ ਤੱਤੀ ਦੇ ਨਾਲ ਤਾਂ ਜਨਾਬ ਸੱਸੀ ਕਿੱਥੇ ਚਲੇ ਗਈ ਥਲਾਂ ਦੇ ਵਿੱਚ ਚਲੇ ਗਈ ਚਾਲੀ ਚਾਲੀ ਕੋਹ ਦਾ ਮੈਦਾਨ ਆ ਗਿਆ ਸੂਰਜ ਚੜ੍ਹ ਕੇ ਸਿਰ ਤੇ ਆ ਗਿਆ ਰੇਤਾ ਟਿੱਬੇ ਤਪਣੇ ਸ਼ੁਰੂ ਹੋ ਗਏ ਸਿਰ ਦੇ ਵਾਲ ਸੱਸੀ ਦੇ ਖੁੱਲ ਗਏ ਹਾਲੋਂ ਬੇਹਾਲ ਹੋਈ ਫਿਰਦੀ ਆ ਕਦੇ ਇੱਧਰ ਨੂੰ ਭੱਜੀ ਫਿਰਦੀ ਕਦੇ ਇੱਧਰ ਨੂੰ ਭੱਜੀ ਫਿਰਦੀ ਆ ਕੀ ਲੱਗੀ ਦੇਖਣ ਇੱਕ ਘੋੜੀ ਦਾ ਸਵਾਰ ਰੇਗਿਸਤਾਨ ਦਾ ਇਲਾਕਾ ਚੀਰ ਕੇ ਤਹਿ ਕਰਕੇ ਵਾਪਸ ਮੁੜਿਆ ਆਉਂਦਾ ਉਹਨੇ ਸੱਸੀ ਨੇ ਕਿਹਾ ਉਸ ਘੋੜੀ ਵਾਲੇ ਨੂੰ ਪੁੱਛਦੀਆਂ ਆਉਂਦੇ ਰਾਹੀ ਨੂੰ ਦੇਖ ਕੇ ਉਹਦੀ ਘੋੜੀ ਲੈਂਦੀ ਘੇਰ ਵੇ ਰਾਹੀਆ ਫੀਰ ਮੇਰਿਆ ਵੇ ਮੇਰੀ ਗੱਲ ਸੁਣ ਜਾ ਇੱਕ ਵੇਰ ਵੇ ਤੂੰ ਕਿੱਥੋਂ ਆਇਆ ਤੇ ਕਿੱਥੇ ਨੂੰ ਚੱਲਿਆ ਤੇਰੇ ਹੱਥ ਨੰਗੀ ਸ਼ਮਸ਼ੇਰ ਮੈਂ ਰਾਤੀ ਚੋਰਾਂ ਨੇ ਲੁੱਟ ਲਈ ਮੇਰੇ ਮਹਿਲਾਂ ਪੈ ਗਿਆ ਨੇਰ ਮੈਂ ਸੌਂਗੀ ਬੇਖੁਦ ਹੋ ਕੇ ਨਹੀਂ ਦੇਖਿਆ ਅੱਖ ਗੇੜ ਇੱਕ ਡਾਚੀ ਤੇ ਚੜ੍ਹ ਕੇ ਆ ਗਿਆ ਮੇਰਾ ਦਿਲ ਪਰ ਜਾਨੀ ਸ਼ੇਰ ਲੂੰਗੀ ਤੋਂ ਮਲਤਾਨ ਦੀ ਬੰਨ ਕੇ ਰੱਖਦਾ ਤੇਰ ਵੇ ਕਿਤੇ ਜਾਂਦਾ ਹੀ ਹੋਵੇ ਦੇਖਿਆ ਉਹਨੂੰ ਕਿਤਨੀ ਕੁ ਹੋ ਗਈ ਦੇਰ ਮੈਂ ਪਾਉਂਦੀ ਰੱਬ ਦਾ ਵਾਸਤਾ ਜਾਂ ਪੁੰਨੂ ਦਾ ਪਤਾ ਦੱਸ ਜਾ ਨਹੀਂ ਮੇਰਾ ਹੱਥੀ ਬਣਾ ਜਾ ਢੇਰ ਸੱਸੀ ਜਨਾਬ ਜਦੋਂ ਉਸੇ ਤਰ੍ਹਾਂ ਤਰਲੇ ਲੈਂਦੀ ਆ ਉਸ ਘੋੜੀ ਵਾਲੇ ਨੇ ਸੱਸੀ ਦੀ ਸ਼ਕਲ ਦੇਖੀ ਉੱਥੇ ਜਾਂਦਾ ਖੜ ਘੋੜੀ ਦੀਆਂ ਪਾਗਾਂ ਖਿੱਚ ਕੇ ਘੁੱਟ ਕੇ ਲੈਂਦਾ ਫੜ ਗੱਲ ਸੁਣ ਮਾੜਿਆਂ ਪਾਗਾਂ ਵਾਲੀਏ ਨਹੀਂ ਦਿਲ ਵਿੱਚ ਠੀਕਰਾ ਡਰ ਉਹ ਦਿਲ ਦਾ ਮਹਿਰ ਮਕਾਦਾ ਜਿਹੜਾ ਮੁੰਡੋ ਹੀ ਪੱਟ ਗਿਆ ਜਾਲ ਮਗਰ ਲੱਗ ਕੇ ਉਸਦੇ ਤੂੰ ਕੀ ਜਾਂਗੀ ਤਾਰ ਜਿਹੜਾ ਮਾਪੇ ਦੇਣ ਸਹੇੜ ਕੇ ਸੋਚੋ ਚੰਗਾ ਬਾਰ ਮੇਰੇ ਮਗਰ ਘੋੜੀ ਦੇ ਬਹਿ ਜਾ ਖਿੱਚ ਕੇ ਪਾਗਾਂ ਫੜ ਤੈਨੂੰ ਲੈ ਚੱਲਾਂ ਉੱਥੇ ਮੋੜ ਕੇ ਜਿੱਥੇ ਅਸਲੀ ਤੇਰੇ ਘਰ ਕਮਲੀਏ ਤੈਂ ਉਸ ਪੁੰਨੂ ਤੋਂ ਕੀ ਲੈਣ ਘੋੜੀ ਦਾ ਸਵਾਰ ਕਹਿੰਦਾ ਅਗਲੇ ਪਾਸੇ ਬਿਲਕੁਲ ਨਾ ਜਾਈ ਐਸ ਟਾਈਮ ਤੇ ਪੰਛੀ ਨਹੀਂ ਜਾਂਦਾ ਥਲਾਂ ਦੇ ਵਿੱਚ ਰੇਗਿਸਤਾਨ ਦਾ ਇਲਾਕਾ ਤਪ ਚੁੱਕਾ ਮਗਰ ਆਸ ਕੇ ਕਦੋਂ ਮੁੜਦੇ ਸੀਗੇ ਕਹਿੰਦੀ ਸੋਹਣਿਆ ਤੂੰ ਜਾ ਜਿੱਤ ਨੂੰ ਜਾਣਾ ਲੋ ਜੀ ਹੁਣ ਜਾ ਬੜੀ ਭੱਜੀ ਤੁਰੀ ਜਾਂਦੀ ਆ ਪਿੱਛ ਥਲਾਂ ਦੇ ਜਾ ਬੜੀ ਫੜ ਕੇ ਉੱਠਾਂ ਦੀ ਪੈਰ ਬਾਰਾਂ ਫੜ ਕੇ ਦਿੰਦੇ ਠੀਕ ਆ ਸਿਖਰ ਦੁਪਹਿਰ ਕਰ ਕਰ ਕਿਉਂ ਮਦਾਨ ਸੀ ਜਿੱਥੇ ਚਾਰ ਸਫੇਰੇ ਮਹਿਰ ਧਰਤੀ ਲੋਹੇ ਦੇ ਵਾਂਗ ਤਪਦੀ ਆਇਆ ਸੱਸੀ ਦੇ ਪਾਉਂਦਾ ਕਹਿਰ ਮੈਨੂੰ ਦੱਸ ਦੇ ਪੁੰਨੂ ਜ਼ਾਲਮਾ ਵੇ ਤੇਰਾ ਕਿੱਥੇ ਕਿ ਚੇਤਮ ਸ਼ਹਿਰ ਮੇਰੇ ਨਾਲ ਮੁਹੱਬਤਾਂ ਪਾ ਕੇ ਅੱਜ ਲੈ ਲਿਆ ਸੱਸੀ ਤੋਂ ਬਹਿਰ ਉੱਧਰ ਹੁਣੀ ਆਵਾਜ਼ਾਂ ਮਾਰਦੀ ਨਹੀਂ ਸੱਸੀਏ ਜ਼ਰਾ ਕਿੱਥੇ ਠਹਿਰ ਹੁਣ ਕਿੱਥੇ ਜਾਵੇਂਗੀ ਭੱਜ ਕੇ ਅੱਜ ਤੇਰੀ ਹੈ ਨਹੀਂ ਖੈਰ ਕੌਣ ਵਡਾਵੇ ਦੁੱਖੜੇ ਉਸਦੀ ਦਾਤ ਬਗੈਰ ਲਓ ਜਨਾਬ ਥਲਾਂ ਚ ਨਾਰੇ ਮਾਰਦੀ ਆ ਸੱਸੀ ਨੇ ਦੇਖਿਆ ਜਾਨ ਚੱਲੀ ਤੇ ਯਾਰ ਵੀ ਨਹੀਂ ਮਿਲਿਆ ਉੱਥੇ ਵੇਲੇ ਖਲੋ ਕੇ ਟਿੱਬਿਆਂ ਦੇ ਵਿਚਾਲੇ ਅੱਲਾ ਦੇ ਨਾਲ ਸ਼ਿਕਵੇ ਕਰਦੀ ਆ ਯਾ ਮੌਲਾ ਮੇਰਾ ਯਾਰ ਵਿਛੋੜਿਆ ਕਿਤੇ ਤੇਰਾ ਯਾਰ ਵਿਛੜਦਾ ਫੇਰ ਪਤਾ ਲੱਗਦਾ ਕਿਹੜੇ ਨਾਰੇ ਮਾਰ ਕੇ ਜਵਾਬ ਕਰਦੀ ਜਾਂਦੀ ਆ
ਹੁਣ ਜਨਾਬ ਅਲੀ ਜਦੋਂ ਸੱਸੀ ਸ਼ਿਕਵੇ ਕਰਦੀ ਤੁਰੀ ਜਾਂਦੀ ਆ ਤੇ ਅੱਛਾ ਮੈਨੂੰ ਪਤਾ ਜੀ, ਮੈਂ ਤਾਂ ਉਦੋਂ ਪਤਾ ਲੱਗ ਗਿਆ ਜਨਾਬ ਅਲੀ ਕੀ ਲੱਗੀ ਦੇਖਣੀ ਕੁੱਚਾ ਜਿਹਾ ਚਿੱਟਾ ਉਹਦੇ ਉੱਤੇ ਚੜ ਕੇ ਦੇਖਦੀ ਆ ਤੇ ਮੰਨਾ ਚਾਲੀ ਥਲਾਂ ਚ ਭੇਡਾ ਚਾਰਦਾ ਬਾਵਾ ਸਿਫਤਾਂ ਬੇੜੀਆਂ ਤੂੰ ਡਾਂਟਾ ਬੇਪਰਵਾਹ ਵਗਦੀਆਂ ਨਦੀਆਂ ਥਲ ਕਰੇ ਥਲੋ ਕਰੇ ਦਰਿਆ ਇੱਕ ਪਲ ਅੰਦਰ ਮਾਲਕਾ ਦੇਵੇਂ ਕੀ ਰੰਗ ਦਿਖਾ ਸੁਣ ਕੇ ਪੁੱਤਰੀ ਬਾਦਸ਼ਾਹ ਵੀ ਪੈ ਗਿਆ ਵਕਤ ਕਵੇਲਿਆ ਸਿਰ ਤੋਂ ਲਾ ਕੇ ਦੁਪੱਟਾ ਰੇਸ਼ਮੀ ਲੈਂਦੀ ਪੈਰਾਂ ਦੇ ਹੇਠ ਪਛਾ ਤੇ ਨੇ ਕਾਲਜਾ ਫੂਕਿਆ ਹੋਠ ਗਏ ਕਮਲਾ ਇੱਕ ਉੱਚੇ ਟਿੱਪੇ ਤੇ ਚੜ ਕੇ ਧਰ ਕੇ ਮਾਰੇ ਦੂਰ ਨਿਗਾਹ ਦੋ ਡੇਢ ਮੀਲ ਦੇ ਫਾਸਲੇ ਇੱਕ ਬੰਨਾ ਜਾਲੀ ਭੇਡਾ ਰਿਆ ਚਿਰਾ ਉੱਚੀ ਜਵਾਜ਼ਾਂ ਮਾਰਦੀ ਮੁੱਖੋਂ ਰਹੀ ਦਲਾ ਬੇ ਭੇਡਾ ਚਾਰਨ ਵਾਲਿਆ ਬਨ ਵਾਸਤਾ ਰੱਬ ਖੁਦਾ ਮੈਂ ਜਾਣਾ ਖੇਤਮ ਸ਼ਹਿਰ ਨੂੰ ਅੱਜ ਲੱਭਦਾ ਹੈ ਨੀ ਰਾਹ ਬਾਹੋਂ ਫੜ ਕੇ ਕਮਲੀ ਨੂੰ ਮੈਨੂੰ ਰਾਹ ਕਿਸਮ ਦੇ ਪਾ ਮੈਂ ਪਾਉਂਦੀ ਰੱਬ ਦਾ ਵਾਸਤਾ ਮੈਨੂੰ ਪਾਣੀ ਦਾ ਘੁੱਟ ਪੜਾ ਉੱਚਾ ਜਿਹਾ ਟਿੱਬਾ ਸੱਸੀ ਨੇ ਚੜ ਕੇ ਦੇਖਿਆ ਥੋੜੇ ਜਿਹਾ ਫਾਸਲੇ ਦੇ ਨਾਲ ਇੱਕ ਬੰਨਾ ਜਾਲੀ ਥਲਾਂ 'ਚ ਭੇਡਾ ਚਾੜਦਾ ਲਓ ਜਨਾਬ ਬੰਨੇ ਜਾਲੀ ਦਾ ਕੰਮ ਇਹ ਹੁੰਦਾ ਸੀ ਜਦੋਂ ਥਲਾਂ 'ਚ ਭੇਡਾ ਲਜਾਣੀਆਂ ਪਾਣੀ ਦੀ ਸ਼ਾਕਲ ਮਸ਼ਕ ਬੰਨੇ ਜਾਲੀ ਦੇ ਕੋਲ ਹੁੰਦੀ ਸੀ ਲਓ ਜੀ ਉਸੇ ਤਰ੍ਹਾਂ ਬੰਨੇ ਜਾਲੀ ਦੇ ਕੰਮ ਦੇ ਵਿੱਚ ਆਵਾਜ਼ ਪਈ ਤੇ ਬੰਨਾ ਜਾਲੀ ਸੋਚਦਾ ਬਈ ਇਸ ਟਾਈਮ ਤੇ ਪੰਛੀ ਨਹੀਂ ਆਉਂਦਾ ਇਹ ਉਹਨੇ ਕਿਹਾ ਇਨਸਾਨ ਦੀ ਆਵਾਜ਼ ਆਉਂਦੀ ਆ ਉਹਦੇ ਦਿਲ ਵਿੱਚ ਆ ਵੀ ਚਲੋ ਅੱਖੀ ਚੱਲ ਕੇ ਦੇਖਦੇ ਹਾਂ ਭੱਜ ਪਿਆ ਸੱਸੀ ਵੱਲ ਨੂੰ ਜਦੋਂ ਸੱਸੀ ਦੇ ਕੋਲ ਪਹੁੰਚਿਆ ਤੇ ਆਉਂਦੇ ਨੂੰ ਔਰ ਸੱਸੀ ਦਾ ਮੁਸਾਫਰ ਹੋ ਗਿਆ ਥਲਾਂ 'ਚ ਸੜ ਕੇ ਮਰ ਗਈ ਦੇਖ ਕੇ ਸੱਸੀ ਦੀ ਸ਼ਕਲ ਹੈਰਾਨ ਹੋ ਗਿਆ ਯਾ ਮੌਲਾ ਕੈਸੀ ਤਸਵੀਰ ਬਣਾਈ ਟਿੱਬਿਆ 'ਚ ਸਾੜ ਕੇ ਮਾਰ ਦਿੱਤੀ ਹੁਣ ਜਨਾਬਿਆ ਲਈ ਉੱਥੇ ਵੇਲੇ ਬੰਨੇ ਜਾਲੀ ਨੇ ਸੋਚਿਆ ਵੀ ਇਹ ਤਾਂ ਮਰ ਚੁੱਕੀ ਆ ਇਹਦਾ ਦੇਵੇਰੇ ਹੀ ਖੋਲ ਲਈਏ ਛੇਤੀ ਨਾਲ ਟੁੰਬਾ ਲੱਗ ਗਿਆ ਖੋਲਣ ਟੁੰਬਾ ਖੋਲ ਕੇ ਜਦੋਂ ਪਿੱਛੇ ਨੂੰ ਮੁੜਿਆ ਤੇ ਅੱਖਾਂ ਤੋਂ ਦਿਸਣਾ ਬੰਦ ਹੋ ਗਿਆ ਲਓ ਜਨਾਬ ਸੱਚਾ ਅਰਸ਼ ਸੀਗਾ ਬੰਨੇ ਜਾਲੀ ਨੇ ਕਿਹਾ ਵੀ ਇਹ ਕੋਈ ਬਲੀ ਅੱਲਾ ਨੇ ਹੋਵੇ ਉੱਥੇ ਹੀ ਸੱਸੀ ਦੀ ਲਾਸ਼ ਦੇ ਉੱਤੇ ਹੱਥ ਬੰਨ ਕੇ ਬਹਿ ਗਿਆ ਵੀ ਮੇਰੇ ਗੁਨਾਹਾਂ ਦੀ ਮਾਫੀ ਦੇ ਦੇ ਮੈਂ ਦੁਨੀਆ ਦੇ ਝਗੜੇ ਛੱਡ ਕੇ ਤੇਰੀ ਕਬਰ ਬਣਾ ਕੇ ਝੰਡਾ ਗੱਢ ਕੇ ਬੈਠ ਗਿਆ ਲਓ ਜੀ ਸੱਚੇ ਦਿਲ ਨਾਲ ਬੰਨੇ ਜਾਲੀ ਨੇ ਤੋਬਾ ਕੀਤੀ ਤੋਬਾ ਮਨਜ਼ੂਰ ਹੋ ਗਈ ਮੇਰਾ ਯਕੀਨ ਆ ਅੱਲਾ ਦੀ ਜ਼ਾਤ ਦਾ ਅੱਜ ਵੀ ਤੋਬਾ ਦਾ ਦਰਵਾਜ਼ਾ ਖੁੱਲ੍ਹਾ ਕੋਈ ਬੰਦਾ ਤੋਬਾ ਕਰੇ ਸੱਚੇ ਦਿਲ ਨਾਲ ਮਨਜ਼ੂਰ ਹੁੰਦੀ ਹੈ ਬੰਨੇ ਜਾਲੀ ਨੇ ਦੁਨੀਆ ਛੱਡ ਦਿੱਤੀ ਭੇਡਾਂ ਛੱਡ ਦਿੱਤੀਆਂ ਟਿੱਬਿਆਂ ਦੇ ਵਿੱਚ ਸੱਸੀ ਦੀ ਕਬਰ ਬਣਾ ਕੇ ਬਹਿ ਗਿਆ ਪੀਰ ਬਹਾਬਲ ਹੱਕ ਦੀ ਜ਼ਾਤ ਕਿਤੇ ਡਾਚੀ ਦੇ ਅਸਰਾਰ ਹੋ ਕੇ ਕਬਰ ਦੇ ਕੋਲ ਦੀ ਲੰਘੇ ਸਰਕਾਰ ਨੇ ਦੇਖਿਆ ਸਬਜ਼ ਰੰਗ ਦਾ ਝੰਡਾ ਲੱਗਾ ਹਜ਼ੂਰ ਦੀ ਜ਼ਾਤ ਨੇ ਪੁੱਛਿਆ ਬੰਨੇ ਜਾਲੀ ਨੂੰ ਕਿਹਦੀ ਕਬਰ ਕਿਹਦਾ ਮਜ਼ਾਰ ਉਹਨੇ ਕਿਹਾ ਜੀ ਇਹ ਸੱਸੀ ਹੈ ਕਾਸ ਉਹਦੀ ਕਬਰ ਆ ਹਜ਼ੂਰ ਦੀ ਜ਼ਾਤ ਦੇ ਦਿਲ ਵਿੱਚ ਆ ਵੀ ਆਸ਼ਕ ਜ਼ਿੰਦਾ ਆਸ਼ਕ ਵੀ ਜ਼ਿੰਦਾ ਸ਼ਹੀਦ ਵੀ ਜ਼ਿੰਦਾ ਮਗਰ ਜੇ ਆਸ਼ਕ ਹੋਵੇ ਤਾਂ ਜ਼ਿੰਦਾ ਉਹਨੇ ਕਿਹਾ ਵੀ ਚਲੋ ਆਸ਼ਕ ਨਾਲ ਦੁਆ ਸਲਾਮ ਲਈਏ ਡਾਚੀ ਦੀ ਮੁਹਾਰ ਕਬਰ ਦੇ ਕੋਲ ਲਿਆ ਕੇ ਕਹਿੰਦੇ ਬੀਬੀ ਸੱਸੀਏ ਅਸਲਾਮ ਵਾਲੇ ਕਬਰ ਚੋਂ ਨਹੀਂ ਆਵਾਜ਼ ਆਉਂਦੀ ਫਿਰ ਦੂਸਰਾ ਅਸਲਾਮ ਕਿਹਾ ਨਹੀਂ ਆਵਾਜ਼ ਆਉਂਦੀ ਹਜ਼ੂਰ ਦੇ ਦਿਲ ਵਿੱਚ ਆਪ ਹੀ ਆਸ਼ਕ ਨਹੀਂ ਆਸ਼ਕ ਹੁੰਦਾ ਤੇ ਜਵਾਬ ਦਿੰਦਾ ਉਸੇ ਤਰ੍ਹਾਂ ਤੁਰ ਪੈਂਦੇ ਦੋ ਪੈਲੀਆਂ ਤਿੰਨ ਪੈਲੀਆਂ ਜਦੋਂ ਗਏ ਸਰਕਾਰ ਦੇ ਦਿਲ ਵਿੱਚ ਆਪ ਹੀ ਆਸ਼ਕ ਦੀ ਕਿਹੜਾ ਸ਼ਾਨ ਘਾਟਿਆ ਉਹਨੇ ਕਿਹਾ ਆਸ਼ਕ ਦਾ ਕੋਈ ਇਤਰਾਮ ਨਹੀਂ ਕੀਤਾ ਡਾਚੀ ਤੇ ਬੈਠੇ ਨੇ ਦੁਆ ਸਲਾਮ ਆਖਿਆ ਲਓ ਜੀ ਡਾਚੀ ਪਿੱਛੇ ਬੰਨ ਕੇ ਪੈਦਲ ਆ ਗਿਆ ਤੀਸਰਾ ਸਲਾਮ ਕਰਨ ਬੀਬੀ ਸੱਸੀਏ ਅਸਲਾਮ ਵਾਲੇਕੁਮ ਤੇ ਕਬਰ ਤੋਂ ਆਵਾਜ਼ ਆਈ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਹਜ਼ਰਤ ਮੇਰਾ ਸੌ ਸਲਾਮ ਸਰਕਾਰ ਨੇ ਕਿਹਾ ਬੀਬੀ ਸੱਸੀਏ ਇੱਕ ਗੱਲ ਦਾ ਜਵਾਬ ਦਿਓ ਮੈਂ ਦੋ ਸਲਾਮ ਅਰਜ਼ ਕੀਤੇ ਜਵਾਬ ਕੋਈ ਨਹੀਂ ਆਇਆ ਸੱਸੀ ਨੇ ਕਿਹਾ ਹਜ਼ਰਤ ਤੁਹਾਡੇ ਕੋਲ ਡਾਚੀ ਸੀ ਮੈਨੂੰ ਡਾਕਿਆ ਵਾਲਾਂ ਦਾ ਅਤਵਾਰ ਨਹੀਂ ਮੇਰੇ ਪੁੰਨੂ ਨੂੰ ਚੱਕ ਕੇ ਲੈ ਗਿਆ ਵਾਲੇਕੁਮ ਸਲਾਮ ਤਦ ਨਹੀਂ ਕਿਹਾ ਉਹਨੇ ਕਿਹਾ ਬਿਲਕੁਲ ਆਸ਼ਕ ਲਓ ਜੀ ਆਪਣੀ ਮੰਜ਼ਿਲ ਤੇ ਚਲੇ ਗਿਆ ਜਿੱਥੇ ਜਾਣਾ ਸੀ ਉੱਧਰ ਪੁੰਨੂ ਨੂੰ ਵੀ ਊਠਾਂ ਵਾਲੇ ਲੈ ਕੇ ਤੁਰੇ ਜਾਂਦੇ ਸੀ ਜਦੋਂ ਪੁੰਨੂ ਦੀ ਅੱਖ ਖੁੱਲੀ ਇੱਥੇ ਦਾਣੇ ਵੇਚਦੇ ਹਾਂ ਤੁਹਾਡੇ ਨਾਲ ਜ਼ਿਆਦਾ ਰੌਲਾ ਇੱਥੇ ਆ ਗਿਆ ਜਦੋਂ ਪੁੰਨੂ ਦੀ ਅੱਖ ਖੁੱਲੀ ਉਹਨੂੰ ਉੱਠ ਕੇ ਦੇਖਣ ਲੱਗਾ ਉਹਨੇ ਕਿਹਾ ਉਹ ਸੁੱਤੇ ਬਾਗ ਦੇ ਵਿੱਚ ਪੈ ਸੀ ਮੈਨੂੰ ਕਿੱਥੇ ਨੂੰ ਖਿੱਚੀ ਜਾਂਦੇ ਆ ਉਹ ਉੱਠਣ ਵਾਲੇ ਉਹ ਕਿੱਥੇ ਉਹ ਕਹਿੰਦੇ ਜੀ ਕੇ ਚਮਨੋ ਉਹਨੇ ਕਿਹਾ ਬਿਲਕੁਲ ਨਹੀਂ ਜਾਣਾ ਇਹ ਵੀ ਚੀਜ਼ ਆ ਅੱਜ ਵੀ ਚੱਲਦੀ ਆ ਪੁੰਨੂ ਤੱਕ ਨਾ ਸੀ ਸਾਰਿਆਂ ਨਾਲ ਤੇ ਗੁੱਸਾ
ਅੱਜ ਕਿਹਦੇ ਤੇ ਹੁੰਦਾ ਜੇ ਅਗਲਾ ਪਾਸਾ ਕਮਜ਼ੋਰ ਹੋਵੇ ਉਹਦੇ ਤੇ, ਜੇ ਪਤਾ ਵੀ ਇਹਨੇ ਧੌਣ ਚ ਮਾਰਨੀ ਆ ਤਾਂ ਪਿੱਛੇ ਹਟ ਜਾਂਦਾ ਬੰਦਾ। ਪੁੰਨੂ ਤੱਕਣਾ ਸੀ, ਪੁੰਨੂ ਕਹਿੰਦਾ ਖਬਰਦਾਰ ਕਿਹੜਾ ਮੇਰੇ ਨੇੜੇ ਆ। ਲਓ ਜੀ ਪੁੰਨੂ ਨੇ ਡਾਚੀ ਦੀ ਮਹਾਰ ਪਿੱਛੇ ਨਮੋੜ ਲਈ, ਡਾਚੀ ਦਾ ਸਵਾਰ ਆਉਂਦਾ ਧੂੜਾ ਡਾਈ, ਉਹਦੀ ਡਾਚੀ ਦੇ ਗਲ ਟੱਲੀਆਂ ਫੁੱਲਾਂ ਨਾਲ ਸਜਾਈ। ਕਦਮੀ ਕਦਮੀ ਪੁੰਨੂ ਵੀ ਤੁਰਿਆ ਆਉਂਦਾ, ਅੱਗੇ ਕਬਰ ਸੱਸੀ ਦੀ ਆਈ, ਕਬਰ ਸੱਸੀ ਦੀ ਦੇਖ ਕੇ ਤਾਂ ਡਾਚੀ ਨੇ ਨੀਵੀਂ ਪਾਈ, ਬੰਨਾ ਚਾਲੀ ਕਬਰ ਤੇ ਬੈਠਾ ਧੂਆਂ ਲਾਈ। ਪੁੰਨੂ ਆ ਕੇ ਪੁੱਛਦਾ ਇਹ ਗੱਲ ਆ ਸੁਣਾਈ, ਵਿੱਚ ਥਲਾਂ ਦੇ ਸੋਹਣਿਆ ਕਬਰ ਕਿਹਦੀ ਆ ਪਾਈ। ਬੰਨਾ ਚਾਲੀ ਕਹਿੰਦਾ ਜਵਾਨਾ ਤੇਰਾ ਪੁੱਛਣ ਦਾ ਕੀ ਮਤਲਬ ਆ? ਪੁੱਛਦਾ ਤੇ ਥਲਾਂ ਚਾਲੀ ਉਹਦੇ ਯਾਰ ਦੀਆਂ ਨਿਸ਼ਾਨੀਆਂ ਦੱਸਦਾ,